ਸਾਜੀ ਪਿਛਲੇ ਦਿਨੀ ਪਿੰਡ ਬਾਸਰਕੇ ਦੇ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਭੂਤਰੇ ਹੋਏ ਨੌਜਵਾਨਾਂ ਵੱਲੋਂ। ਕੀ ਮਾਮਲਾ ਹੈ, ਤੁਸੀਂ ਅੱਜ ਆਏ ਜੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਬਾਸਰਕੇ ਕਿੱਥੇ ਪਹੁੰਚੇ ਹਾਂ ਅਤੇ ਇਹ ਜੋ ਪਰਿਵਾਰ ਅੰਮ੍ਰਿਤਧਾਰੀ ਗੁਰਸਿੱਖ ਆ ਅਤੇ ਉਹਦੀ ਕੋਈ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਆ। ਪਹਿਲਾਂ ਸਾਨੂੰ ਕੁਝ ਦਿਨ ਪਹਿਲਾਂ ਲੱਗਾ ਪਤਾ, ਅੱਜ ਐਂ ਪਰਿਵਾਰ ਨੂੰ ਮਿਲੇ ਹਾਂ। ਦੋ ਤਰ੍ਹਾਂ ਤੋਂ ਪਤਾ ਲੱਗਾ ਹੈ ਕਿ ਥੋੜ੍ਹੇ ਜਿਹੇ ਇਹਨਾਂ ਦੇ ਪੈਸਿਆਂ ਦੇ ਕਾਰਨ ਇਹ ਝਗੜਾ ਆ, ਪਰ ਜਿਹੜੀ ਆ ਸਿੰਘ ਅੰਮ੍ਰਿਤਧਾਰੀ ਸਰਬਜੀਤ ਸਿੰਘ ਉਹਨੂੰ ਸੱਟਾਂ ਬਹੁਤ ਲੱਗੀਆਂ ਨੇ ਅਤੇ ਇੱਕ ਕਾਰਾਂ ਦੀ ਬੇਅਦਬੀ ਵੀ ਕੀਤੀ ਗਈ ਆ ਅਤੇ ਜਿਹੜੀ ਗੁਰਸਿੱਖ ਦੀ ਇੰਨੀ ਮਾਰਕੀਟ ਹੋਈ ਆ ਉਹ ਕਰਕੇ ਅਸੀਂ ਆਏ ਹਾਂ ਅਤੇ ਉੱਥੇ ਪਤਾ ਲੱਗਾ ਹੁਣ ਐਸ ਐੱਚ ਉਹਨਾਂ ਨਾਲ ਗੱਲ ਹੋਈ ਆ ਅਤੇ ਉਹ ਕਹਿੰਦੇ ਵੀ ਕਾਰਵਾਈ ਕਰ ਰਹੇ ਹਾਂ ਅਤੇ ਇਹ ਤੋਂ ਪਤਾ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਕੀ ਕਰਦਾ, ਕਿਹੜੀ ਕਾਰਵਾਈ ਕਰ। ਖਾਲਸਾ ਜੀ, ਇੰਨੇ ਦਿਨ ਬੀਤਣ ਦੇ ਬਾਵਜੂਦ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ? ਇਹ ਵੇਖੋ ਜੀ, ਕਈ ਵਾਰ ਹੁੰਦੇ ਹੈਗੇ ਜਿਹੜੇ ਪਿੰਡ ਦੇ ਕੁਝ ਮੋਹਤਬਾਰ ਜੇ ਉਹਨਾਂ ਦੇ ਤੌਰ 'ਤੇ ਉਹ ਕੁਝ ਨਾ ਕੀਤਾ। ਮੈਨੂੰ ਤਾਂ ਸਰਪੰਚ ਨਾਲ ਗੱਲ ਹੋਈ, ਉਹ ਤਾਂ ਕਹਿੰਦਾ ਜੀ ਅਤੇ ਇਹਨਾਂ ਦੋ ਤਰ੍ਹਾਂ ਦਾ ਫੈਸਲਾ ਕਰਵਾਉਂਦੇ ਹਾਂ, ਪਰ ਅੱਜ ਤੱਕ ਇਹਨਾਂ ਦਾ ਫੈਸਲਾ ਨਹੀਂ ਹੋਇਆ। ਇਹ ਪਰਿਵਾਰ ਕਹਿੰਦਾ ਕਿ ਸਾਡੇ ਗੁਰਸਿੱਖੀ ਨਾਲ ਬਹੁਤ, ਸਾਨੂੰ ਹੋਰ ਕੋਈ ਨਹੀਂ, ਪਰ ਸਾਡਾ ਅੰਮ੍ਰਿਤਧਾਰੀ ਪਰਿਵਾਰ ਹੋਣ ਕੇ ਅੱਗੇ ਤਾਂ ਤੁਹਾਨੂੰ ਪਤਾ ਕਿ ਪਰਿਵਾਰ ਅੰਮ੍ਰਿਤਧਾਰੀ ਨਹੀਂ ਮਿਲ ਰਹੇ ਸਾਨੂੰ ਅਤੇ ਨਾ ਅੰਮ੍ਰਿਤ ਛਕੀ ਰਿਹਾ, ਕਿਉਂ ਦੂਰ ਹੋ ਰਹੇ ਆ। ਫਿਰ ਵੀ ਮਿਹਨਤ ਵਾਲੇ ਮਜ਼ਦੂਰ ਕਿਸਾਨ ਅੰਮ੍ਰਿਤਧਾਰੀ ਪਰਿਵਾਰ ਹੋ ਕੇ ਜਿੱਥੇ ਸਾਨੂੰ ਇਹ ਬੜਾ ਮਾਣ ਹੈ ਸਿੱਖ ਗੁਰਸਿੱਖ ਆ, ਫਿਰ ਵੀ ਕੋਈ ਧੱਕਾ ਕਰੇ ਤਾਂ ਉਹਦੇ ਅਸੀਂ ਤਾਂ ਆਉਣਾ ਹੀ ਆਉਣਾ ਉਹਦੇ। ਜੀ ਕੀ ਨਾਮ ਹੈ? ਨਿਰਮਲ ਸਿੰਘ। ਅੱਛਾ ਵੀਰ ਜੀ, ਜਿਹੜਾ ਸਰਬਜੀਤ ਸਿੰਘ ਦੀ ਸੱਟ ਲੱਗੀ ਆ ਉਹ ਤੁਹਾਡੇ ਕੀ ਲੱਗਦੇ ਆ? ਸਾਡੇ ਭਰਾ ਹੀ ਲੱਗਦੇ। ਕਿਹੜੇ ਪਿੰਡ ਹੈ? ਬਾਸਰਕੇ। ਅੱਛਾ, ਤੁਹਾਡੇ ਭਰਾ ਲੱਗਦੇ ਅਤੇ ਕੀ ਮਾਮਲਾ ਹੈ ਪੂਰਾ ਜਿਹੜਾ ਇਹਨਾਂ ਦੇ ਸੱਟ ਪੇਟ ਲੱਗਣ ਦਾ ਮਾਮਲਾ ਹੈ? ਜੀ ਸੱਟ ਪੇਟ ਬਹੁਤ ਜ਼ਿਆਦਾ ਹੈ ਜੀ। ਅੱਛਾ। ਹਾਂਜੀ, ਅਸੀਂ ਇਨਸਾਫ ਮੰਗਦੇ ਹਾਂ। ਕਿੰਨਾ ਸੱਟ ਲਾਈ ਹੈ ਅਤੇ ਕੌਣ ਲੋਕ ਆ? ਮਜ਼ਬੀ ਸਿੱਖ ਆ ਜੀ, ਮਜ਼ਬੀ ਸਿੱਖ ਆ ਜੀ। ਠੀਕ ਹੈ, ਕੀ ਨਾਂ ਹੈ ਉਹਨਾਂ ਦਾ? ਉਹਨਾਂ ਦਾ ਜਗਵੀਰ ਸਿੰਘ ਨਾਂ ਹੈ ਇੱਕ। ਹੋਰ ਅੰਮ੍ਰਿਤਧਾਰੀ ਸਿੰਘ ਦੀ ਕੁੱਟਮਾਰ ਹੋਈ ਆ ਤੇ ਉਹਦੀ ਦਸਤਾਰ ਵੀ ਲਾ ਦਿੱਤੀ ਗਈ ਤੇ ਵਾਵਾ ਸੱਟਾਂ ਪੇਟਾਂ ਵੀ ਲਾਈਆਂ, ਕੀ ਮਾਮਲਾ ਹੈ ਪੂਰਾ ਜੀ? ਉਹ ਭਾਜੀ ਇਹਨਾਂ ਦਾ ਕੋਈ ਐਡਾ ਕੋਈ ਲੰਬੀ ਚੌੜੀ ਗੱਲ ਨਹੀਂ, ਮਾੜੀ ਜਿਹੀ ਮਾਮੂਲੀ ਜਿਹੀ ਝਗੜਾ ਹੋਇਆ ਇਹਨਾਂ ਦਾ, ਆ ਵੀ ਦੀ ਗੁਆਂਢ ਮੱਥਾ ਕਾਮੋ ਸਾਹਮਣੇ ਬੂਹੇ ਇਹਨਾਂ ਦੇ ਅਤੇ ਇਸੇ ਗੱਲੋਂ ਹੀ ਥੋੜ੍ਹਾ ਜਿਹਾ ਪੈਸੇ ਦਾ 100-200 ਰੁਪਈਆ ਲੈਣ ਦੇਣ ਇਸੇ ਗੱਲੋਂ ਜ਼ਿਆਦਾ। ਅੱਛਾ, ਗੱਲਬਾਤ ਗਈ, ਹੋਰ ਗੱਲ ਕੋਈ ਨਹੀਂ? ਸੱਟ ਇਹਨਾਂ ਪਰਿਵਾਰ ਨੇ ਮਾਰੀ ਆ? ਹਾਂਜੀ, ਇਹਨਾਂ ਪਰਿਵਾਰ ਨੇ ਮਾਰੀ ਇਹਨਾਂ ਨੇ। ਇਹ ਪਹਿਲੋਂ ਇੱਕ ਧਿਰ ਨੇ ਪਹਿਲੋਂ ਇੱਕ ਦਿਨ ਪਹਿਲੋਂ ਲਾਈ, ਦੂਜੀ ਨੇ ਦੂਜੇ ਦਿਨ ਲਾਤੀ। ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਇਹ ਪਰਿਵਾਰ ਜਿਹੜੇ ਬੱਚੇ ਆ ਜਿਨ੍ਹਾਂ ਨੇ ਸੱਟਾਂ ਲਾਈਆਂ ਇਹਨਾਂ ਨੇ ਪਹਿਲਾਂ ਉਹਨਾਂ ਦੇ ਘਰ 'ਤੇ ਹਮਲਾ ਕੀਤਾ ਹੈ, ਜਿਹਦੇ ਬਾਰੇ ਇੱਕ ਵੀਡੀਓ ਵਾਇਰਲ ਹੋਈ ਆ, ਕੀ ਹੈ ਮਾਮਲਾ? ਇਹ ਜੀ ਜਦੋਂ ਸੱਟ ਇਹਨਾਂ ਲੱਗੀ ਫਿਰ ਹੀ ਕੋਈ ਇਹਨਾਂ ਨੇ ਕੀਤਾ, ਉੱਧਰੋਂ ਦੀ ਰੌਲਾ ਰੌਲਾ ਪਾਇਆ। ਬਾਕੀ ਤੁਹਾਡਾ ਕਿਹੜਾ ਪਿੰਡ ਹੈ? ਅੱਛਾ ਭੈਣ ਜੀ, ਤੁਹਾਡੇ ਪਤੀ ਦੀ ਕੁੱਟਮਾਰ ਹੋਈ, ਕੁਝ ਭੂਤਰੇ ਹੋਏ ਨੌਜਵਾਨ ਉਹ ਕੀਤੀ ਗਈ, ਇਹ ਕੀ ਪੂਰਾ ਮਾਮਲਾ ਹੈ? ਇਹ ਵੀਰ ਜੀ, ਅਸੀਂ ਉਹਨਾਂ ਦੇ ਘਰੇ ਕੰਮ ਕੀਤਾ ਸੀ, ਪੈਸੇ ਲੈਣ ਗਏ ਸੀ। ਕਿੰਨੇ ਪੈਸੇ ਲੈਣੇ ਸੀ? ਅਸੀਂ 100 ਰੁਪਈਆ ਲੈਣ ਗਏ ਸੀ ਅਤੇ ਇਹਨਾਂ ਨੇ ਸਾਨੂੰ 100 ਰੁਪਈਆ ਨਹੀਂ ਦਿੱਤਾ ਅਤੇ ਮਿਲੇ ਉਹਨਾਂ ਨੇ ਸੱਟ ਲਾ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਘਰ ਵਾਲੇ ਵੱਲੋਂ ਵੀ ਕੋਈ ਕੁੱਟਮਾਰ ਕੀਤੀ ਗਈ ਆ, ਕੀ ਇਹਨਾਂ ਵੱਲੋਂ ਵੀ ਕੋਈ ਕਾਰਵਾਈ ਹੋਈ ਆ? ਹਾਂਜੀ, ਪਹਿਲਾਂ ਉਹਨਾਂ ਨੇ ਤਲਵਾਰ ਕੱਢ ਕੇ ਲੈਣੀ ਗੰਡਾਸੀ ਅਤੇ ਉਹਨਾਂ ਦੇ ਕੋਲ ਕੁਛ ਸੰਦ ਨਹੀਂ ਸੀ। ਉਹ ਉਹਨਾਂ ਨੇ ਆ ਕੇ ਇਹ ਪੁੱਛਿਆ ਵੀ ਕੀ ਗੱਲ ਹੈ, ਤੁਸੀਂ ਕਾਹਤੋਂ ਝਗੜਾ ਕਰਨ ਦੇ ਜੀ? ਤੁਹਾਡੇ ਪਤੀ ਅੰਮ੍ਰਿਤਧਾਰੀ ਆ? ਹਾਂਜੀ। ਕਿੱਥੇ ਹੁਣ ਉਹ? ਉਹ ਹੋਸਪਿਟਲ ਹੈ। ਕੀ ਗੱਲ, ਜ਼ਿਆਦਾ ਸੱਟ? ਹਾਂਜੀ। ਇਹਦੇ ਸੰਬੰਧ ਦੇ ਵਿੱਚ ਤੁਸੀਂ ਥਾਣੇ ਦਰਖਾਸਤ ਦਿੱਤੀ ਆ? ਦਿੱਤੀ, ਪਰ ਥਾਣੇ ਵਾਲਿਆਂ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ। ਕੀ ਮੰਗ ਕਰਦੇ ਜੀ? ਇਨਸਾਫ਼। ਠੀਕ।